ਨੌ ਸ਼ੇਰਮ ਦਾ ਹੀ ਰਾਜ ਅਤੇ ਬੁਰਜ ਜਮੇਰ ਜਿਹੜਾ ਸੀ ਉਹ ਭਾਠਾ ਜਾਂਦਾ ਉਹਦਾ ਵੱਡਾ ਵਜ਼ੀਰ ਸੀਗਾ। ਉੱਥੇ ਉੱਲੂ ਅਤੇ ਉੱਲੜੀ ਬੈਠੀ। ਉੱਲੂ ਆਖੇ ਵੀ ਮੈਂ ਤੇਰਾ ਨਿਸਬਤ ਕਰਨੀ ਹਾਂ। ਉੱਲੜੀ ਆਖਣ ਲੱਗੇ ਜੇ ਨਿਸਬਤ ਮੇਰੇ ਨਾਲ ਕਰਨੀ ਤਾਂ ਮੈਨੂੰ ਇੱਕ ਟਿੱਬਾ ਜਿਹੜਾ ਨਾ ਹੱਥ ਮਹਿਰ ਵਿੱਚ ਦੇ। ਉਹ ਆਖਣ ਲੱਗਾ ਉਹ ਇਹ ਹਕੂਮਤ ਦੀ ਗੱਲ ਵੀ ਨੌ ਸ਼ੇਰਵਾਂ ਦੀ ਉੱਥੇ ਸਾਰੇ ਟਿੱਬੇ ਸੀ ਨੇ ਭਾਵੇਂ 20 ਲੈ ਲਈ। ਅੱਛਾ ਉਸ ਤੋਂ ਬਾਅਦ ਦੋ ਰਾਜਨ ਦਾ ਨਵਾਜ਼ ਸ਼ਰੀਫ ਦਾ। ਨਵਾਜ਼ ਸ਼ਰੀਫ ਤੈਨੂੰ ਪਤਾ ਜੋ ਕੁਛ ਕਰਨ ਲਿਆ। ਅੱਜ ਤੋਂ ਦੁਬਾਰਾ ਆਇਆ ਉਦੋਂ ਕੰਮ ਸਹਿ ਕਰਤੇ ਗਏ। ਨਹੀਂ ਕੀ ਕੀਤਾ ਸਾਡੇ ਮੁਲਕ ਦੇ ਵਿੱਚ ਜਲਦੀ ਬਹੁਤ ਜ਼ਿਆਦਾ ਸੀ ਉਹਨੇ ਕੰਟਰੋਲ ਕੀਤੀ। ਕਿੱਥੇ ਉਹਨੇ ਕੀਤੀ ਉਹ ਸਭ ਹੋਈ ਹੈ। ਨਹੀਂ ਉਹਦੇ ਦੌਰ 'ਚ ਕੰਟਰੋਲ ਹੋਈ। ਨਹੀਂ ਕਿੱਥੇ ਹੋਈ ਪਹਿਲੇ ਡਰੋਨ ਹਮਲੇ ਬਹੁਤ ਜ਼ਿਆਦਾ ਸੀ। ਕਿੱਥੇ ਇਹ ਕੋਈ ਨਹੀਂ ਹੋਈ ਕੰਟਰੋਲ ਇਹਦੇ ਸਭ ਹੋਈ ਆ ਵਧੀਆ। ਉਸ ਤੋਂ ਬਾਦ ਬਿਜਲੀ ਦੀ ਲੋਡ ਸ਼ੇਡਿੰਗ ਬਹੁਤ ਜ਼ਿਆਦਾ ਸੀ ਉਹ ਨਹੀਂ ਹੁਣ ਹੁਣ ਇਹਨੂੰ ਮੁਕਤ ਕਰ ਦਿੱਤੀ ਹੈ। ਨਹੀਂ ਇਹਦਾ ਦੌਰ ਜਿਹੜਾ ਪਿੱਛੇ ਲੰਘ ਗਿਆ ਯਾਰ ਹੁਣ ਇਹਨੂੰ ਮੁਕਤ ਕਰ ਦਿੱਤੀ ਆ ਹੁਣ ਕੋਈ ਦਿਲ ਨਹੀਂ ਹੈਗਾ। ਉਸ ਤੋਂ ਬਾਅਦ ਫਿਰ ਸਾਡੇ ਮੁਲਕ ਦੇ ਅੰਦਰ ਮਹਿੰਗਾਈ ਬਹੁਤ ਜ਼ਿਆਦਾ ਸੀ ਉਹਨੇ ਥੋੜੀ ਉਹ ਮਹਿੰਗਾਈ ਕਾਹਦੀ ਕਰਤੀ ਹੈ ਉਹਨੇ ਗੱਡੀਆਂ ਮੁਫਤ ਚਲਾਤੀਆਂ ਬੱਸਾਂ ਮੁਫਤ ਚਲਾਤੀਆਂ। ਹਾਂ ਤੁਸੀਂ ਬਹੁਤ ਹੀ ਤਾਰੀਫਾਂ ਕਰਦੇ ਹੋ। ਉਹ ਦੱਸਾਂ ਇਹਨਾਂ ਨੇ ਬਹੁਤ ਕੰਮ ਕੀਤੇ ਜਿੱਥੇ ਕਦੀ ਅਸੀਂ ਸੁਣਿਆ ਨਹੀਂ ਮਾਈ 160 ਰੁਪਈਏ ਆਟਾ ਸੇਰ। ਨਹੀਂ ਇਹਦੇ ਦੌਰ 'ਚ ਤਾਂ 35 ਰੁਪਏ ਦਾ ਸੀ ਨਵਾਜ਼ ਸ਼ਰੀਫ ਦੇ ਦੌਰ ਜਦੋਂ ਨਵਾਜ਼ ਸ਼ਰੀਫ ਵਜ਼ੀਰ ਆਜ਼ਮ ਸੀ। ਹੁਣ ਵੀ ਉਹੀ ਆ ਤੇ ਸ਼ਬਾਸ਼ ਸ਼ਰੀਫ ਉਹ ਹੁਣ ਵੀ ਉਹੀ ਆ ਹੁਣ ਵੀ ਉਹਦਾ ਉੱਥੇ ਬੈਠਾ ਗੱਲ ਵਿਡਿਆ ਕਰ ਦੋ। ਉਹ ਕਹਿੰਦੇ ਕਿ ਇਮਰਾਨ ਖਾਨ ਸਾਰਾ ਬੇੜਾ ਗਰਕ ਕਰ ਗਿਆ ਨੁਕਸਾਨ ਹੈ ਇਹਨਾਂ ਨੇ ਕਿਹੜੀ ਉਹਦੀ ਮਾਰ ਲਈ ਆ ਉਹਨੇ। ਮੈਂ ਆਪ ਹੀ ਗੱਲ ਵੀ ਕਰਦੇ ਨੇ ਗੱਲ ਵੀ ਜੋ ਕੁਝ ਕਰਦੇ। ਨਹੀਂ ਇਮਰਾਨ ਖਾਨ ਦਾ ਦੌਰ ਕਿਹਦਾ ਸੀ ਯਾਰ? ਇਮਰਾਨ ਖਾਨ ਦਾ ਦੌਰ ਮੈਂ ਤੁਹਾਨੂੰ ਆਪਣਾ ਦੱਸ ਰਿਹਾ। ਮੈਨੂੰ ਗੱਲ ਵੀ ਜਿਹੜਾ ਨਾ ਮੈਨੂੰ ਹੋ ਗਿਆ ਅਟੈਕ ਹੋ ਗਿਆ। ਕੀ ਉਹਨਾਂ ਦੇ ਹਾਰਟ ਅਟੈਕ? ਆਹੋ ਇਹ ਹੋਣਾ ਹੁੰਦਾ ਸੀਗਾ। ਉਹ ਮੈਨੂੰ ਉੱਥੇ ਲੈ ਕੇ ਗਏ ਲਾਹੌਰ ਇੱਥੇ ਲੈ ਕੇ ਆਏ। ਉਹਨਾਂ ਆਖਿਆ ਜੀ 2 ਲੱਖ ਰੁਪਈਆ ਜਮ੍ਹਾਂ ਕਰਾਓ ਤਾਂ ਦਾ ਹੀ ਗੱਲ ਵੀ ਇਹਨੂੰ ਚੈੱਕ ਕਰਾਂਗੇ। ਤੇ ਉਹ ਫਿਰ ਆਖਣ ਲੱਗੇ ਵੀ ਸ਼ਨਾਖਤੀ ਕਾਰਡ ਹੈਗਾ? ਉਹਨਾਂ ਆਖਿਆ ਹੈਗਾ। ਉਹ ਸ਼ਨਾਖਤੀ ਕਾਰਡ ਜਦੋਂ ਵੇਖਿਆ ਤਾਂ ਉਹਨਾਂ ਆਖਿਆ ਹੁਣ ਇਹਦਾ ਮੁਕਤੀ ਹੋ ਜੂ। ਸਿਹਤ ਕਾਰਡ ਜਿਹੜਾ ਬਣਿਆ ਇਮਰਾਨ ਖਾਨ ਦਾ ਮੈਂ ਬਣਵਾਇਆ ਨਹੀਂ ਉਹਦੇ ਵਿੱਚ ਹੀ ਪੈਸੇ ਸੀ ਉਹਦੇ ਵਿੱਚ। ਉਹਨੇ 10 ਲੱਖ ਤੱਕ ਫੀ ਖਾਨਦਾਨ ਨੂੰ ਦਿੱਤਾ ਉਹ ਇਹਨਾਂ ਨੇ ਆਣ ਕੇ ਬੰਦ ਕਰਤਾ। ਚਲੋ ਇਮਰਾਨ ਖਾਨ ਦਾ ਦੌਰ ਦੇ ਬਾਰੇ ਦੱਸੋ ਦੌਰ ਕਿਹਦਾ ਸੀ? ਨਹੀਂ ਮੇਰੇ ਖਿਆਲ ਦੇ ਦੌਰ ਚੰਗਾ ਸੀ। ਇਮਰਾਨ ਖਾਨ ਦਾ ਦੌਰ ਅੱਛਾ ਸੀ। ਅਸੀਂ ਜਦੋਂ ਦਿੰਦੇ ਹਾਂ ਨਾ ਕਮਾਲ ਹਾਂਜੀ ਮਿਲ ਵਾਲਿਆਂ ਨੂੰ ਤੇ 3-3 ਸਾਲ ਪੈਸੇ ਨਹੀਂ ਸੀ। ਅੱਛਾ ਜੇ ਮਾਰ ਗੇੜੇ ਮਾਰ ਮਾਰ ਕੇ ਗੇੜੇ ਮਾਰ ਮਾਰ ਕੇ ਤੇ ਫਿਰ ਕਦੇ ਉਹਨਾਂ ਪੈਸੇ ਥੱਲੇ ਲਾ ਲੈਂਦੇ ਸੀ ਥੱਲੇ ਲਾ ਲਈ। ਠੀਕ ਹੈ ਹੁਣ ਇਹਦਾ ਦੌਰ ਆ ਗਿਆ। ਉਹਨਾਂ ਆਖਿਆ ਤੁਸੀਂ ਖਿਲਾਓ ਆਪਣੇ ਅਕਾਊਂਟ। ਅੱਛਾ ਦੂਸਰੇ ਦਿਨ ਤੁਹਾਡੇ ਪੈਸੇ ਤੁਹਾਡੇ ਅਕਾਊਂਟ ਵਿੱਚ ਆਉਣਗੇ। ਠੀਕ ਉੱਥੋਂ ਤੁਸੀਂ ਕਢਾਓ। ਇਹਨੇ ਕਿਸਾਨਾਂ ਨੂੰ ਸਹੂਲਤਾਂ ਦਿੱਤੀਆਂ ਉਹ ਦੱਸ ਜੇ ਕਣਕ ਸੀ ਅੱਗੇ ਗੱਲ ਵੀ ਕਿਤੇ ਸੀ ਮੁੜ ਕੇ ਗੱਲ ਵੀ ਉਹ 15 ਰੁਪਈਏ ਕਰ ਦਿੱਤੀ ਜਾਵੇ। ਹੁਣ ਗਏ ਤੇ ਦੌਰ ਵਿੱਚ ਕਿੰਨੀ 2400 ਨੂੰ ਹੁਣ ਕਣਕ 2400 ਨੂੰ ਵੀ ਨਹੀਂ ਲੱਭਦੀ। ਇਹਦੇ ਦੌਰ ਵਿੱਚ 2400 ਨੂੰ ਨਹੀਂ ਲੱਭਦੀ। ਉਹ ਮੈਂ ਹੁਣ ਤੈਨੂੰ ਦੱਸਾਂ ਵੀ ਨੌ ਸ਼ੇਰਮ ਦਾ ਹੀ ਰਾਜ ਅਤੇ ਬੁਰਜ ਜਮੇਰ ਜਿਹੜਾ ਸੀ ਉਹ ਭਾਠਾ ਜਾਂਦਾ ਉਹਦਾ ਵੱਡਾ ਵਜ਼ੀਰ ਸੀਗਾ। ਉੱਥੇ ਉੱਲੂ ਅਤੇ ਉੱਲੜੀ ਬੈਠੀ। ਉੱਲੂ ਆਖੇ ਵੀ ਮੈਂ ਤੇਰਾ ਨਿਸਬਤ ਕਰਨੀ ਹਾਂ। ਉੱਲੜੀ ਆਖਣ ਲੱਗੇ ਜੇ ਨਿਸਬਤ ਮੇਰੇ ਨਾਲ ਕਰਨੀ ਤਾਂ ਮੈਨੂੰ ਇੱਕ ਟਿੱਬਾ ਜਿਹੜਾ ਨਾ ਹੱਥ ਮਹਿਰ ਵਿੱਚ ਦੇ। ਅੱਛਾ ਉਹ ਆਖਣ ਲੱਗਾ ਉਹ ਇਹ ਹਕੂਮਤ ਦੀ ਗੱਲ ਵੀ ਨੌ ਸ਼ੇਰਮਾਂ ਦੀ ਉੱਥੇ ਸਾਰੇ ਟਿੱਬੇ ਸੀ ਨੇ ਭਾਵੇਂ 20 ਲੈ ਲਈ। ਇੱਥੇ ਸਾਰੇ ਜੰਗਲ ਅੱਜ ਜਿਹੜਾ ਹੁਣ ਵੇਖ ਲਈ ਗਿਆ ਇਹ ਸਾਡੇ ਤੇ ਕਹਿ ਨਹੀਂ ਆਉਂਦੇ ਪਾਣੀ ਇੱਧਰੋਂ ਵੀ ਮੈਂ ਪੈਣ ਲਿਆ ਇੱਧਰੋਂ ਵੀ ਪੈਣ ਲਿਆ ਕਹਿ ਰਿਹਾ ਸਾਡੇ ਤੇ ਇਹ ਸਾਡੇ ਤੇ ਜਵਾਲ ਆ। ਇਹਨਾਂ ਵਿੱਚ ਕਿਹੜਾ ਇਨਸਾਫ ਕਰ ਲਏ? ਕੋਈ ਇਨਸਾਫ ਹੈ? ਕੋਈ ਜਿਹੜਾ ਬੰਦਾ ਨਾ ਕੋਈ ਬੰਦਾ ਕਿ ਉਹ ਬੰਦਾ ਉਹਨੂੰ ਇਨਸਾਫ ਮਿਲਦਾ ਜਿਹਦੀ ਜੁੱਤੀ ਹੈ। ਗਰੀਬ ਬੰਦੇ ਨੂੰ ਇਨਸਾਫ ਹੀ ਨਹੀਂ ਮਿਲਦਾ ਜਿਹਦਾ ਹੱਥ ਪੈਰ ਕਿਸੇ ਪਾਸੋਂ ਪੈਂਦਾ ਉਹ ਇਨਸਾਫ ਲੈ ਉਹਨੂੰ ਇਨਸਾਫ ਮਿਲਦਾ ਉਹ ਆਪਣੀ ਮਰਜ਼ੀ ਦਾ ਇਨਸਾਫ ਲੈਂਦਾ ਉਹ ਦੱਸੋ ਆਪਣੀ ਮਰਜ਼ੀ ਤੱਕ ਲਈ ਦੇ ਆਹ ਹੁਣ ਨਹੀਂ ਲੈਣ ਦੇ